ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਓ ਰਸਨਾ ਪਵਿੱਤਰ ਕਰੀਏ ਆਖੀਏ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਕਿਰਪਾ ਕਰਦੇ ਹਨ ਆਪਾਂ ਵਿਚਾਰ ਕਰ ਰਹੇ ਸੀ ਪਾਤਸ਼ਾਹ ਕਹਿੰਦੇ ਹਨ ਕਿ ਇਹ ਆਦਮੀ ਹੈ ਇਨਸਾਨ ਚਿੱਤ ਵਿੱਚ ਕਿਉਂ ਡਰ ਤੈਨੂੰ ਸਤਾਉਂਦਾ ਰਹਿੰਦਾ ਹੈ ਕਿ ਇਹ ਮੇਰਾ ਪਰਿਵਾਰ ਕਿਸ ਤਰ੍ਹਾਂ ਚੱਲੇਗਾ ਇੱਕ ਕੁਦਰਤੀ ਮਨ ਵਿੱਚ ਆਉਂਦਾ ਹੈ ਆ ਹੀ ਜਾਂਦਾ ਹੈ ਕਿਉਂਕਿ ਆਪਣੇ ਆਸ-ਪਾਸੇ ਇਸ ਤਰ੍ਹਾਂ ਦਾ ਹੀ ਖਿਆਲ ਇਸ ਤਰ੍ਹਾਂ ਦੀ ਹੀ ਪ੍ਰਵਿਰਤੀ ਇਸ ਤਰ੍ਹਾਂ ਦਾ ਹੀ ਸਾਰਾ ਸਿਸਟਮ ਬਣ ਚੁੱਕਿਆ ਹੈ ਔਰ ਇਸੇ ਤੋਂ ਨਿਕਲਦੇ ਲਈ ਹੀ ਇਸੇ ਤੋਂ ਬਚਨ ਦੇ ਲਈ ਹੀ ਸਹਿਜ ਅਵਸਥਾ ਕਿਸ ਤਰ੍ਹਾਂ ਮਿਲੇ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦਿਆਂ ਹੋਇਆ ਪਹਿਲੇ ਪਾਸ਼ਾ ਤੰਤਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਇੱਕ ਆਪਾ ਨੂੰ ਜਿੱਥੇ ਤੁਰਦੀ ਬਾਣੀ ਅਕਾਲ ਪੁਰਖ ਦੀ ਭਗਤੀ ਦਿੱਤੀ ਉੱਥੇ ਇੱਕ ਆਪਾ ਨੂੰ ਨਿظام ਦਿੱਤਾ ਕਿ ਭਾਈ ਤੁਸੀਂ ਰਲ ਮਿਲ ਕੇ ਰਹੋ ਪਾਤਸ਼ਾਹ ਦਾ ਤਾਂ ਹੁਕਮ ਸੀ ਘਰ ਘਰ ਅੰਦਰ ਧਰਮਸਾਲ ਹਰ ਸਿੱਖ ਦਾ ਘਰ ਇੱਕ ਗੁਰਦੁਆਰਾ ਹੀ ਹੋਵੇ ਅਕਾਲ ਪੁਰਖ ਦਾ ਘਰ ਹੀ ਹੋਵੇ ਜਿਸ ਤਰ੍ਹਾਂ ਇਹ ਸਰੀਰ ਵੀ ਅਕਾਲ ਪੁਰਖ ਦਾ ਕਰ ਹੈ ਪਰ ਅਸੀਂ ਉਸ ਅਸਲੀ ਥਿਉਰੀ ਨੂੰ ਭੁੱਲ ਗਏ ਦੱਸਿਆ ਕੁਸ਼ੂਰ ਜੀ ਅੱਜ ਪਾਤਸ਼ਾਹ ਕਿਰਪਾ ਕਰਨ ਆਪਣੇ ਸਾਹਮਣੇ ਖੜੇ ਹੋ ਜਾਵਨ ਤੇ ਨਾਰਾਜ਼ ਹੋਣਾ ਤਾਂ ਬੰਦਾ ਹੀ ਹੈ ਇੱਕ ਵੱਖਰਾ ਵਿਸ਼ਾ ਹੈ ਕਿ ਅਕਾਲ ਪੁਰਖ ਨਾਰਾਜ਼ ਨਹੀਂ ਹੁੰਦਾ ਪਰ ਵਿਚਾਰ ਕਰ ਰਹੇ ਹਾਂ ਨਾਰਾਜ਼ ਹੋਣਾ ਤਾਂ ਬੰਦਾ ਹੈ ਕੀ ਦੱਸਿਆ ਸੀ ਆਪਾਂ ਨੂੰ ਕਿ ਆਪਾਂ ਆਪਣੀ ਸਿੱਖੀ ਨੂੰ ਵੀ ਜੋ ਅਸੀਂ ਪਾਸੇ ਦੂਸਰੇ ਚੜਦੇ ਹਨ ਜੋ ਚੱਲ ਰਿਹਾ ਹੈ ਉਹੀ ਤਰੀਕਾ ਬਣਾ ਦਿੱਤਾ ਫਿਰ ਆਖਦੇ ਹਾਂ ਕਿ ਸਾਨੂੰ ਸਿੱਖ ਕੋਈ ਨਹੀਂ ਮੰਨਦਾ ਵੀ ਮੰਨੇ ਵੀ ਕਿਉਂ ਤੁਸੀਂ ਵੱਖਰਾ ਕੀ ਕਰ ਰਹੇ ਹੋ ਉਸੇ ਚੱਕਰ ਵਿੱਚ ਤੁਸੀਂ ਉਸੇ ਭੱਜ ਦੌੜ ਵਿੱਚ ਤੁਸੀਂ ਛੱਡ ਕੇ ਆਪਰਾ ਜੀ ਨਹੀਂ ਕੁਝ ਵੀ ਸੋ ਪਾਸ਼ਾ ਕਿਰਪਾ ਕਰਮ ਪਾਸ਼ਾ ਕਿਰਪਾ ਕਰਦੇ ਹਨ ਇਹ ਪ੍ਰਾਣੀ ਰਾਗ ਗੁਜ਼ਰੀ ਮਹਿਲਾ ਪੰਜਵਾ ਕਾਹਰੇ ਮਨ ਚਿਤਵੇ ਉਦਮਜਾ ਆਹਰ ਹਰ ਜੀ ਉਪਰਿਆ ਕਾਹੇ ਰੇ ਮਨ ਵਿੱਚ ਉਦਮ ਕਰਦਾ ਚਿਤ ਵਧਾ ਰਹਿਦਾ ਹੈ ਕਾਹੇ ਸੈਲ ਪੱਥਰ ਮਹਿ ਜੰਤ ਉਪਾਇ ਤਾ ਕਾ ਰਿਜਕ ਆਗੇ ਕਰਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹੜਿਆ ਰਹਾਓ ਜਨਨ ਪਿਤਾ ਲੋਕ ਸੁੱਤ ਬਣਿਤਾ ਕੋਈ ਨਾ ਕਿਸਕੀ ਧਰਿਆ ਸਿਰਸ ਰਿਜਕ ਸੰਭਾਹਿ ਠਾਕੁਰ ਕਾਹਿਰੇ ਮਨ ਪੋ ਕਰਿਆ ਊੜੇ ਊੜ ਆਵੇ ਸਹਿ ਕੋਸਾ ਤਿਸ ਪਾਛੇ ਪਚਰੇ ਛੜਿਆ ਤਿਨ ਕਉਣ ਖਲਾਵੇ ਕਉਣ ਚ ਗਾਵੇ ਮਨ ਮੈਂ ਸਿਮਰਨ ਕਰਿਆ ਸਬਨ ਦਾਮ ਦਸ ਅਸ਼ਟ ਸਦਾਨ ਠਾਕੁਰ ਕਰ ਤਲ ਧਰਿਆ ਜੇ ਨਾਨਕ ਬਰਬ ਸਦਬਲ ਜਾਈਏ ਤੇਰਾ ਅੰਤ ਨਾ ਪਾਰਾ ਬੜਿਆ ਸੋ ਪਾਤਸ਼ਾਹ ਕਿਰਪਾ ਕਰਦਿਆ ਨਾ ਇਹ ਸ਼ਬਦ ਪੰਨਾ 10 ਕਿ ਇਹ ਮਨ ਤੇਰੀ ਖਾਤਰ ਜਿਸ ਅਹਰ ਵਿੱਚ ਪਰਮਾਤਮਾ ਆਪ ਲੱਗਾ ਹੋਇਆ ਹੈ ਤੂੰ ਉਸ ਵਾਸਤੇ ਕਿਉਂ ਸਦਾ ਸੋਚਾਂ ਫਿਕਰਾ ਕਰਦਾ ਰਹਿੰਦਾ ਹੈ ਮੇਰੇ ਬੱਚਿਆਂ ਦਾ ਬਣ ਜਵੇ ਬੱਚਿਆਂ ਦਾ ਬਣ ਗਿਆ ਬੱਚਿਆਂ ਦੇ ਬੱਚਿਆਂ ਦਾ ਬਣ ਜਵੇ ਔਰ ਥੋੜਾ ਜਿਹਾ ਹੂਰ ਹੋ ਜਵੇ ਇਹਨੂੰ ਸਮਝ ਘੱਟ ਹੈ ਉਹਨੂੰ ਜ਼ਿਆਦਾ ਹੈ ਉਹ ਨਾ ਖਾਜਵੇ ਇਹ ਨਾ ਖਾਜਵੇ ਪਈ ਕਿੜਾ ਜੇ ਤੂੰ ਸਹੀ ਰੱਬ ਨੂੰ ਮੰਨਦਾ ਹੋਵੇਂ ਸਿੱਖੀ ਤੇ ਚੱਲਦਾ ਹੋਵੇਂ ਤਾਂ ਆ ਇਹ ਵਿਚਾਰ ਆ ਵੀ ਕਿਉਂ ਪਰ ਨਹੀਂ ਜਿਹੜੇ ਜੀਵ ਵਾਹਿਗੁਰੂ ਨੇ ਪਥਰਾ ਵਿੱਚ ਪੈਦਾ ਕੀਤੇ ਹਨ ਵੱਡੇ ਵੱਡੇ ਪਹਾੜਾਂ 'ਚ ਚਿਟਾਨਾਂ 'ਚ ਉਹਨਾਂ ਨੂੰ ਵੀ ਰੋਟੀ ਉਸ ਨੇ ਉਹਨੇ ਪੈਦਾ ਕਰਨ ਤੋਂ ਪਹਿਲਾਂ ਹੀ ਬਣਾ ਰੱਖਿਆ ਹੈ ਵੀ ਇਹਨੂੰ ਇੱਥੋਂ ਖਾਣ ਨੂੰ ਦੇਣਾ ਤੇ ਉਹਨੂੰ ਕਿੱਥੋਂ ਦੇਣਾ ਇਹ ਬਾਦਸ਼ਾਹ ਦੇ ਕੰਮ ਹਨ ਆਕਾਲ ਪੁਰਖ ਦੇ ਕੰਮ ਹਨ ਏ ਵਹਿਕਰੂ ਜਿਹੜੇ ਮਨੁੱਖ ਸਾਧ ਸੰਗਤ ਵਿੱਚ ਮਿਲ ਬੈਠਦੇ ਹਨ ਉਹ ਫਿਰ ਵਿਅਰਥ ਤੋਕਲੇ ਫੇਗਰਾਂ ਤੋਂ ਪੱਜ ਜਾਂਦੇ ਹਨ ਇਹ ਉਹ ਕਿਰਗਲ ਹੈ ਕਿ ਸਾ ਸੰਗਤ ਵਿੱਚ ਬਹਿ ਕੇ ਵੀ ਉਹ ਉਰਲੀਆਂ ਪਰਲੀਆਂ ਹੀ ਮਾਰੀ ਜਾਣ ਇਹ ਉਹਨਾਂ ਦੇ ਆਪਣੀ ਪ੍ਰੋਬਲਮ ਹੈ ਇਹ ਉਹਨਾਂ ਦਾ ਆਪਣਾ ਨੁਕਸ ਹੈ ਕਿ ਉਹ ਉਸ ਪਾਤਸ਼ਾਹ ਦੇ ਚਰਨਾਂ ਵਿੱਚ ਧਿਆਨ ਨਹੀਂ ਜੋੜਦੇ ਵਾਹਿਗੁਰੂ ਵਾਹਿਗੁਰੂ ਨਹੀਂ ਕਰਦੇ ਕਿਉਂਕਿ ਕਰਨ ਦਾ ਪਤਾ ਹੀ ਨਹੀਂ ਹੈ ਮਿਲ ਬੈਠਣਾ ਕਿਸ ਤਰ੍ਹਾਂ ਹੈ ਪਤਾ ਹੀ ਨਹੀਂ ਹੈ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਇਕ ਡੋਲਤਾ ਵਾਲੀ ਉੱਚੀ ਆਤਮਿਕ ਅਵਸਥਾ ਮਿਲ ਜਾਂਦੀ ਹੈ ਉਹ ਮਾਨੋ ਸੁੱਕਾ ਹੀ ਹਰਿਆ ਹੋ ਜਾਂਦਾ ਹੈ ਭਾਵ ਉਸ ਨੂੰ ਇਹ ਸਭ ਲੱਗ ਜਾਂਦੀ ਹੈ ਕੀ 어머니 ਮਾਤਾ ਪਿਤਾ ਪੁੱਤਰ ਲੋਕੀ ਲੋਕਾਚਾਰ ਵੋਟੀ ਕੋਈ ਪੀਕ ਕਿਸੇ ਦਾ ਆਸਰਾ ਨਹੀਂ ਹੈ ਇਹ ਮਨ ਭਾਈ ਕਿਉਂ ਤੂੰ ਡਰਦਾ ਹੈ ਤੂੰ ਕਿਉਂ ਡਰਦਾ ਹੈ ਪਾਲਣਹਾਰ ਰੱਖਿਆ ਕਰਨ ਵਾਲਾ ਆਪਣੇ ਤੇ ਨਜ਼ਰ ਰੱਖਣ ਵਾਲਾ ਵਾਹਿਗੁਰੂ ਹਰੇਕ ਜੀਵ ਨੂੰ ਆਪ ਹੀ ਰਿਜਕ ਪੜਾਂਦਾ ਹੈ ਇਹ ਮਨ ਅਕੁੰਝਾਂ ਵੱਲ ਦੇ ਇੱਕ ਪੰਛੀ ਹੁੰਦੇ ਹਨ ਜਿਹੜੇ ਕਾਫੀ ਦੂਰ ਤੱਕ ਸਫ਼ਰ ਕਰਦੇ ਹਨ ਉਹ ਆਕਾਰ ਪ੍ਰੋਕਣੀ ਕੁਝ ਰਚਨਾ ਇਸ ਤਰ੍ਹਾਂ ਕੀਤੀ ਹੈ ਬੱਚੇ ਕਿਤੇ ਹੋਰ ਹੁੰਦੇ ਹਨ ਆਪ ਕਿਤੇ ਹੋਰ ਹੁਣ ਪਿੱਛੇ ਉਸਦੇ ਬੱਚੇ ਇਕੱਲੇ ਛੱਡੇ ਹੋਏ ਹੁੰਦੇ ਹਨ ਉਹਨਾਂ ਨੂੰ ਕੋਈ ਕੋਦ ਖਾਣ ਵਾਲਾ ਵੀ ਨਹੀਂ ਕੋਈ ਉਹਨਾਂ ਨੂੰ ਜਗਾਣੀ ਚਗਾਉਂਦਾ ਹੁਣ ਉਹ ਪੰਛੀ ਆਪਣੇ ਬੱਚਿਆਂ ਦੇ ਧਿਆਨ ਆਪਣੇ ਮਨ ਵਿੱਚ ਦਰਦੀ ਰਹਿੰਦੀ ਹੈ ਤੇ ਵਾਹਿਗੁਰੂ ਉਹਨਾਂ ਦੀ ਪਾਲਣ ਦਾ ਵਸੀਦਾ ਬਣਾਉਂਦਾ ਹੈ हे ਪਾਤਸ਼ਾਹ ਹੀ ਰੱਖਿਆ ਕਰਨ ਵਾਲੇ ਪ੍ਰਭੂ ਵਾਹਿਗੁਰੂ ਜਗਤ ਦੇ ਸਾਰੇ ਖਜ਼ਾਨੇ ਤੇ 18 ਸਿੱਧੀਆਂ ਮਾਨੋ ਤੇਰੇ ਹੱਥਾਂ ਦੀਆਂ ਤਲੀਆਂ ਉੱਤੇ ਰੱਖੇ ਹੋਏ ਹਨ اے داوس नानक ایسے وے گرو تو سدا صدکے ہو سدا قربان ہو تیاخ اے وے گرو تیری بزرگی دے اُرلے پرلے بنے دا انت نہیں پہ سکدا نہیں پہ سکدا سو پاتشاہ اس تو اگے راگ آسا مہلا چوکتا ਸੋ ਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਰੰਜਨ ਹਰ ਪੁਰਖ ਨਰੰਜਨ ਹਰ ਅਗਮ ਅਗਮ ਆਪਾਰਾ ਸਭ ਧਿਆਵੇ ਸਭ ਧਿਆਵੇ ਤੂੰ ਜੀ ਹਰ ਸੱਚੇ ਸਿਰਜਨਹਾਰਾ ਸਭ ਜੀਤ ਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਉ ਸੰਤੂ ਜੀ ਸੋ ਦੁਖ ਵਿਸਵਾਰਨ ਹਾਰਾ ਹਰ ਆਪੇ ਠਾਕਰ ਹਰ ਆਪੇ ਸੇਵਕ ਜੀ ਕਿਆ ਨਾਨਕ ਜਨਤ ਵਿਚਾਰਾ ਉਹ ਹੈ ਕਰੋ ਉਹ ਪਰਮਾਤਮਾ ਹਰ ਇੱਕ ਦੇ ਵਿੱਚ ਹਰ ਜੀਵ ਦੇ ਵਿੱਚ ਵਿਆਪਕ ਹੈ ਉਸ ਦੀ ਜੋਤ ਵਿੱਚ ਹਰ ਇੱਕ ਤੇ ਹਰ ਇੱਕ ਦੀ ਜੋਤ ਵਿੱਚ ਉਹ ਹੈ ਕਰੋ ਉਹ ਪਰਮਾਤਮਾ ਸਾਰੇ ਜੀਵਾਂ ਵਿੱਚ ਵਿਆਪਕ ਹੈ ਫਿਰ ਵੀ ਮਾਇਆ ਦੇ ਪ੍ਰਭਾਵ ਤੋਂ ਉੱਪਰ ਹੈ ਆਪੋਂਚ ਮਾਇਆ ਉਸ ਦੇ ਲਾਗੇ ਵੀ ਨਹੀਂ ਜਾ ਸਕਦੀ ਅਤੇ ਬੇਅੰਤ ਜਿਸ ਦਾ ਕੋਈ ਅੰਤ ਨਹੀਂ हे ਸਦਾ ਰਹਿਣ ਵਾਲੇ ਪਾਤਸ਼ਾਹ ਅਤੇ ਸਭ ਜੀਵਾਂ ਨੂੰ ਪੈਦਾ ਕਰਨ ਵਾਲੇ ਪ੍ਰਭੂ ਸਾਰੇ ਜੀ ਤੈਨੂੰ ਸਦਾ ਸਿਮਰਦੇ ਹਨ ਤੇਰਾ ਧਿਆਨ ਧਰਦੇ ਹਨ ਏ ਵਾਹਿਗੁਰੂ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ ਤੂੰ ਹੀ ਸਭਨਾ ਜੀਵਾਂ ਦਾ ਰਾਜ਼ਕ ਹੈ اے ਸੰਤੋ اے ਸੰਤ ਜਨੋ ਉਸ ਵਾਹਿਗੁਰੂ ਦਾ ਧਿਆਨ ਧਰਿਆ ਕਰੋ ਉਹ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਉਹ ਸਭ ਜੀਵਾਂ ਵਿੱਚ ਵਿਆਪਕ ਹੋਣ ਕਰਕੇ ਆਪ ਹੀ ਮਾਲਕ ਹੈ ਅਤੇ ਆਪ ਹੀ ਸੇਵਕ ਹੈ हे ਨਾਨਕ ਉਸ ਤੋਂ ਬਿਨਾ ਜੀਵ ਚਾਰੇ ਕੀ ਹਨ ਉਸ ਹਰੀ ਤੋਂ ਵੱਖਰੀ ਜੀਵਾਂ ਦੀ ਕੋਈ ਹਸਤੀ ਨਹੀਂ ਉਹ ਉਸ ਤੋਂ ਵੱਖਰੇ ਨਹੀਂ ਹੋ ਸਕਦੇ ਕਿਉਂਕਿ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਨੂੰ ਪੁਰਖ ਸਮਾਨਾ ਇਕ ਦਾਤੇ ਇਕ ਭਿਖਾਰੀ ਜੀ ਸਭ ਤੇਰੀ ਚੋਜ ਬੁੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੇ ਜੋ ਸੇਵੇ ਤੁਧ ਜੀ ਜਨਾਨਕ ਤਿਨ ਕਰਬਾਣਾ ਏ ਵਾਹਿਗੁਰੂ ਤੂੰ ਹਰੇਕ ਸਰੀਰ ਵਿੱਚ ਵਿਆਪਕ ਹੈਂ ਤੂੰ ਸਾਰੇ ਜੀਵਾਂ ਵਿੱਚ ਇੱਕ ਰਸ ਮੌਜੂਦ ਹੈ ਤੂੰ ਇੱਕ ਆਪ ਹੀ ਸਭ ਵਿੱਚ ਸਮਾਇਆ ਹੋਇਆ ਹੈ ਫਿਰ ਵੀ ਕਈ ਜੀਵ ਦਾਨੇ ਹਨ ਕਈ ਜੀਵ ਮੰਗਦੇ ਹਨ ਇਹ ਸਾਰੇ ਤੇਰੇ ਹੀ ਅਚਰਜ ਤਮਾਸ਼ੇ ਹਨ ਕਿਉਂਕਿ ਅਸਲ ਵਿੱਚ ਤੂੰ ਆਪ ਹੀ ਦਾਤਾ ਦੇਣ ਵਾਲਾ ਹੈ ਤੇ ਆਪ ਹੀ ਉਹਨਾਂ ਦਾਤਾ ਨੂੰ ਵਰਤਣ ਵਾਲਾ ਹੈ ਸਾਰੀ ਸ੍ਰਿਸ਼ਟੀ ਵਿੱਚ ਮੈਂ ਤੇਥੋਂ ਬਿਨਾ ਕਿਸੇ ਹੋਰ ਨੂੰ ਨਹੀਂ ਪਛਾਣਦਾ ਤੇਤੋਂ ਬਿਨਾ ਕੋਈ ਹੋਰ ਕੋਈ ਨਹੀਂ ਦਿਸਦਾ ਤੂੰ ਹੀ ਹੈ ਮੈਂ ਤੇਰੇ ਕਿਹੜੇ ਕਿਹੜੇ ਗੁਣ ਗਾ ਕੇ ਦਸਾਂ ਤੂੰ ਬੇਅੰਤ ਹੈ ਵਾਹਿਗੁਰੂ اے ਪ੍ਰਭੂ ਜਿਹੜੇ ਮਨੁੱਖ ਤੈਨੂੰ ਹੀ ਚੇਤੇ ਕਰਦੇ ਹਨ ਤੈਨੂੰ ਯਾਦ ਕਰਦੇ ਹਨ ਤੈਨੂੰ ਸਿਮਰਦੇ ਹਨ ਤੇਰਾ ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ਵਾਹਿਗੁਰੂ 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 ਹਰ ਧਿਆਵੇ ਹਰ ਧਿਆਵੇ ਤੁद्धि ਸੇਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਹਰ ਧਿਆਇਆ ਜੀ ਤਿੰਨ ਟੂਟੀ ਜਪ ਕੀ ਫਾਸੀ ਜਿਨ ਨਰਪਾਉ ਜਿਨ ਹਰ ਨਿਰਪੋ ਧਿਆਇਆ ਜੀ ਤਿੰਨ ਕਾ ਸਭ ਪਾਉ ਸਭ ਗੁਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਭਲ ਜਾਸੀ ਹਰ ਧਿਆਵੇ ਹਰ ਧਿਆਵੇ ਤੁਜੀ ਸੇ ਜਨ ਜੁਗਮੈ ਸੁਖਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮਕੀ ਫਾਸੀ ਜਿਨਰ ਪਾਉ ਜਿਨ ਹਰ ਨਿਰਪੋਉ ਧਿਆਇਆ ਜੀ ਤਿਨ ਕਾ ਪਾਉ ਸਭ ਗੁਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ हे प्रभु जी ਜਿਹੜੇ ਮਨੁੱਖ ਤੈਨੂੰ ਸਿਮਰਦੇ ਹਨ ਤੇਰਾ ਧਿਆਨ ਧਰਦੇ ਹਨ ਉਹ ਬੰਦੇ ਆਪਣੀ ਜ਼ਿੰਦਗੀ ਵਿੱਚ ਸੁਖੀ ਵਸਦੇ ਹਨ ਜਿਨ੍ਹਾਂ ਮਨੁੱਖਾਂ ਨੇ ਹਰ ਨਾਮ ਸਿਮਰਿਆ ਹੈ ਉਹ ਸਦਾ ਲਈ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ ਉਹਨਾਂ ਦੀ ਜਮਾ ਵਾਲੀ ਫਾਇਟ ਟੁੱਟ ਗਈ ਹੈ ਆਤਮਿਕ ਮੌਤ ਉਹਨਾਂ ਦੇ ਨੇੜੇ ਨਹੀਂ ਟੁੱਕਦੀ ਜਿਨ੍ਹਾਂ ਬੰਦਿਆਂ ਨੇ ਸਦਾ ਨਿਰਪੋ ਵਾਹਿਗੁਰੂ ਦਾ ਨਾਮ ਸਿਮਰਿਆ ਹੈ ਵਾਹਿਗੁਰੂ ਉਹਨਾਂ ਦਾ ਸਾਰਾ ਡਰ ਦੂਰ ਕਰ ਦਿੰਦਾ ਹੈ ਫਿਰ ਉਹਨਾਂ ਨੂੰ ਮੌਤ ਦਾ ਕੋਈ ਡਰ ਨਹੀਂ ਰਹਿੰਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਇਹ ਇੱਕ ਫਰਕ ਹੈ ਆਤਮਾ ਦਾ ਤੇ ਸਰੀਰ ਦਾ ਜਿਨ੍ਹਾਂ ਮਨੁੱਖਾਂ ਨੇ ਪਿਆਰੇ ਵਾਹਿਗੁਰੂ ਨੂੰ ਸਦਾ ਸਿਮਰਿਆ ਹੈ ਉਹ ਵਾਹਿਗੁਰੂ ਦਾ ਰੂਪ ਵਿੱਚ ਲੀਨ ਹੋ ਗਏ ਹਨ ਭਾਗਾਂ ਵਾਲੇ ਹਨ ਉਹ ਮਨੁੱਖ ਤਨ ਹਨ ਉਹ ਮਨੁੱਖ ਜਿਨ੍ਹਾਂ ਪ੍ਰਭੂ ਦਾ ਨਾਮ ਸਿਮਰਿਆ ਹੈ ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬੋ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੇ ਜੀ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ हे ਪ੍ਰਭੂ ਤੇਰੀ ਭਗਤੀ ਤੇ ਬੇਅੰਤ ਖਜ਼ਾਨੇ ਪਰੇ ਹਨ हे ਹਰੀ ਅਨੇਕਾਂ ਤੇ ਬੇਅੰਤ ਤੇਰੇ ਭਗਤ ਤੇਰੀ ਸਿਖਤ ਸਲਾਹ ਕਰ ਰਹੇ ਹਨ हे ਵਾਹਿਗੁਰੂ ਅਨੇਕਾਂ ਜੀਵ ਤੇਰੀ ਪੂਜਾ ਕਰਦੇ ਹਨ ਬੇਅੰਤ ਜੀਵ ਤੇਨੂੰ ਮਿਲਣ ਲਈ ਤਪਸਾ ਕਰਦੇ ਹਨ ਤੇਰੇ ਅਨੇਕਾਂ ਸੇਵਕ ਕਈ ਸਿਮਰਤੀਆਂ ਤੇ ਕਈ ਸ਼ਾਸਤਰ ਪੜਦੇ ਹਨ ਅਤੇ ਉਹਨਾਂ ਦੇ ਦੱਸੇ ਹੋਏ ਛੇ ਧਾਰਮਿਕ ਕੰਮ ਅਤੇ ਹੋਰ ਕਰਮ ਕਰਦੇ ਹਨ ਇਹ ਦਾਸ ਨਾਨਕ ਉਹੀ ਭਗਤ ਭਲੇ ਹਨ ਉਹਨਾਂ ਦੇ ਹੀ ਹਾਲ ਕਬੂਲੀ ਹੋਈ ਜਾਨੋ ਜੋ ਪਿਆਰੇ ਹਰ ਭਗਵੰਤ ਨੂੰ ਪਿਆਰੇ ਲੱਗਦੇ ਹਨ ਸੋ ਪਤ ਜੀ ਕਿਰਪਾ ਕਰ ਉਹ ਹੈ ਗੁਰੂ ਸਾਡੀ ਕਾਲ ਕਬੂਲ ਕਰ ਨਾਨਕ ਵੀ ਥੋੜਾ ਬਹੁਤਾ ਨਾਮ ਸਿਮਰਦੇ ਹਾਂ ਏ ਵਾਹਿਗੁਰੂ ਕਿਰਪਾ ਕਰ ਇਸ ਭਿਆਨਕ ਕਲਯੁਗ ਤੋਂ ਇਸ ਸਮੇਂ ਦੇ ਚੱਕਰ ਤੋਂ ਆਪ ਹੀ ਹੱਥ ਤਰ ਕੇ ਕਿਰਪਾ ਕਰ ਸੋ ਪਿਆਰਿਓ ਸਾਰੇ ਆਖੋ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਵਿਚਾਰ ਦੀ ਪਾਸ਼ਾ ਕਿਰਪਾ ਕਰਨਗੇ ਜਾਰੀ ਰੱਖਾਂਗੇ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ